ਮਠਿਆਈ ਵਾਲੇ ਉਹਨਾਂ ਲੈ ਵੀ ਜਾਂਦੀ ਆ ਪੁਲਿਸ, ਪਰ ਘੰਟੇ ਬਾਅਦ ਛੱਡ ਦਿੰਦੀ ਆ, ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਖਾਂਦਾ ਜੀ। ਦੇਖੋ ਜੀ ਮੇਰਾ ਮੁੰਡਾ ਆਪ ਨਸ਼ੇ ਕਰਦਾ, ਮੇਰਾ ਮੁੰਡਾ ਵੀ ਕਰਦਾ, ਇਹ ਜੀ ਦੋ ਬੱਚੇ ਆ ਉਹਦੇ, ਗੋਲੀਆਂ ਖਾਂਦੇ। ਤੁਹਾਨੂੰ ਪਤਾ ਜੀ ਕੌਣ ਬੇਚਦਾ? ਹਾਂਜੀ ਸਾਡੇ ਘਰ ਆ ਗੋਲੀ ਹੈ ਜੀ ਗੁਰਦੀਪ, ਦੋ ਘੰਟੇ ਬਾਅਦ ਹੀ ਮੋੜ ਦਿੰਦੇ ਉਹਨੂੰ, ਕੋਈ ਨੀ ਰੱਖਦਾ ਜੀ ਹੁਣ। ਐਮਐਲਏ ਸਾਹਿਬ ਨੂੰ ਦੱਸੋ, ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਦੇ ਆ, ਵੋਟਾਂ ਕਰਕੇ ਆਉਣਗੇ ਨਾ ਸਾਰਾ ਕੁਝ ਦੱਸਣਾ। ਠੀਕ ਹੈ, ਆਪਣੇ ਪੁਲਿਸ ਦਾ ਸਾਰੇ ਭੱਜ ਗਏ, ਕੋਈ ਨਹੀਂ ਇੱਥੇ, ਦੇਖੋ ਕਿੰਨੀ ਛੇਤੀ ਭੱਜ ਗਏ, ਸਾਰੇ ਰਲੇ ਹੋਏ ਨੇ, ਸਾਰੇ ਰਲੇ ਹੈ ਜੀ। ਜਦੋਂ ਘੰਟਾ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਫਿਰ, ਤੇ ਦੋ ਬੱਚੇ ਸੀ ਜਵਾਨ ਰਸਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ, ਬਹੁਤ ਦੇਖ ਲੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ, ਇੱਕ ਕੰਮ ਦੇਖੀ ਲਮੋਟਰੀ ਦਾ ਕੰਮ ਕਰਦਾ ਸੀ, ਕੰਮ ਬਹੁਤ ਵਧੀਆ ਕਰਦੇ ਸੀ। ਕਿੱਥੇ ਬੇਈਮਾਨ ਮੁੱਖ ਮੰਤਰੀ, ਮੈਂ ਤਾਂ ਇਹ ਕਹਾਂਗੀ ਇੰਨੀ ਮਿਹਰਬਾਨੀ ਆ, ਸੁਣ ਰਹੀ ਹੈ ਨਾ, ਦੇਖ ਰਹੀ ਹੈ, ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ, ਸਾਡੀ ਤਾਂ ਜੀ ਇੰਨੀ ਮਿਹਰਬਾਨੀ ਆ, ਬਿਲਕੁਲੀਆਂ ਫੇਰ ਬਿਲਕੁਲੀਆਂ ਨੇ ਸਾਰੀ ਦੀਆਂ, ਰੋ ਰੋ ਕੇ ਬੁਰਾ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ, ਦੱਸਦੇ ਨੇ ਕਿ ਕੌਣ ਕੌਣ ਵੇਚ ਗਿਆ ਕਬੱਡੀ ਦੇ ਖਿਡਾਰੀ ਦੋਨੇ, ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ, ਇਹ ਵੀ ਦੱਸਦੇ ਨੇ ਕੌਣ ਬੱਚੇ ਵੀ ਕਰਦਾ ਜੀ, ਦੋ ਬੱਚੇ ਸੀ ਖਿਡਾਰੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਗਿਆ ਜਾਨ ਚੱਕ ਕੇ ਮੌਤ ਹੋ ਗਈ, ਟੀਕੇ ਵੀ ਲਾਉਂਦੇ ਆ ਗੋਲੀਆਂ ਖਾਂਦੇ ਆ ਤੇ ਉਹ ਸਾਡੇ ਗਵਾਂਢ ਚ ਵੇਚਦਾ ਜੀ, ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ, ਘੰਟਾ ਇੱਕ ਘੰਟਾ ਨੀ ਰੱਖਦੇ ਜੀ, ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ। ਹਾਂਜੀ ਸਾਡੀ ਇੰਨੀ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋ ਚਲੇ ਜਾਣ, ਪੰਜਾਬ ਦੇ ਕੋਨੇ ਕੋਨੇ ਚ ਆ ਮਾਵਾਂ ਰੋਂਦੀਆਂ ਨੇ, ਜਿਹੜਾ ਬਦਲਾਵ ਲੈਣ ਦੀ ਗੱਲ ਕਰਦੇ ਸੀਗੇ, ਹੱਥ ਬੰਨ ਕੇ ਬੇਨਤੀ ਹੈ ਇਹਨਾਂ ਦੇ ਅਧਰੂਆਂ ਦੇ ਉੱਤੇ ਤਰਸ ਕਰੋ, ਬਦਲ ਦਿਓ ਪੰਜਾਬ ਦੇ ਹਾਲਾਤ, ਦਸ ਦਿਨਾਂ ਚ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ, ਗੁੰਡਾ ਸਾਹਿਬ ਦੀ ਸੌ ਖਾਦੀਆਂ ਸੀਗੀਆਂ, ਸੁਣ ਲੋ ਇਹਨਾਂ ਦੇ ਆਸਮਾਂ ਚ ਤਰਸ ਕਰ ਲੋ, ਇਹ ਪੰਜਾਬ ਦੇ ਪਿੰਡ ਪਿੰਡ ਚ ਮਾਵਾਂ ਦੀ ਕਹਾਣੀਆਂ ਨੇ। ਉਹਨਾਂ ਲੈ ਵੀ ਜਾਂਦੀ ਆ ਪੁਲਿਸ, ਪਰ ਘੰਟੇ ਬਾਅਦ ਛੱਡ ਦਿੰਦੀ ਆ, ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਖਾਂਦਾ ਜੀ। ਦੇਖੋ ਜੀ ਮੇਰਾ ਮੁੰਡਾ ਆਪ ਨਸ਼ੇ ਕਰਦਾ, ਮੇਰਾ ਮੁੰਡਾ ਵੀ ਕਰਦਾ, ਇਹ ਜੀ ਦੋ ਬੱਚੇ ਆ ਉਹਦੇ, ਗੋਲੀਆਂ ਖਾਂਦੇ। ਤੁਹਾਨੂੰ ਪਤਾ ਜੀ ਕੌਣ ਬੇਚ? ਹਾਂਜੀ ਸਾਡੇ ਘਰ ਆ ਗੋਲੀ ਹੈ ਜੀ ਗੁਰਦੀਪ, ਲੈ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ, ਕੋਈ ਨੀ ਰੱਖਦਾ ਜੀ ਹੁਣ। ਐਮਐਲਏ ਸਾਹਿਬ ਨੂੰ ਦੱਸੋ, ਨਹੀਂ ਜੀ ਇੱਥੇ ਅਸੀਂ ਹੁਣ ਕਹਿ ਦਿੰਦੇ ਆ, ਵੋਟਾਂ ਕਰਕੇ ਆਉਣਗੇ ਨਾ ਸਾਰਾ ਕੁਝ ਦੱਸਣਾ। ਠੀਕ ਹੈ, ਆਪਣੇ ਪੁਲਿਸ ਦਾ ਸਾਰੇ ਭੱਜ ਗਏ, ਕੋਈ ਨੀ ਇੱਥੇ, ਦੇਖੋ ਕਿੰਨੀ ਛੇਤੀ ਭੱਜ ਗਏ, ਸਾਰੇ ਰਲੇ ਹੋਏ ਨੇ, ਸਾਰੇ ਰਲੇ ਹੈ ਜੀ। ਜਦੋਂ ਘੰਟਾ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਫਿਰ, ਤੇ ਦੋ ਬੱਚੇ ਸੀ ਜਵਾਨ ਰਸਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ, ਬਹੁਤ ਦੇਖ ਲੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ, ਦੇਖੀ ਲਮੋਟਰੀ ਦਾ ਕੰਮ ਕਰਦਾ ਸੀ, ਕੰਮ ਬਹੁਤ ਵਧੀਆ ਕਰਦਾ ਸੀ। ਕਿੱਥੇ ਬੇਈਮਾਨ ਮੁੱਖ ਮੰਤਰੀ, ਮੈਂ ਤਾਂ ਇਹ ਕਹਾਂਗੀ ਇੰਨੀ ਮਿਹਰਬਾਨੀ ਆ, ਸੁਣ ਰਹੀ ਹੈ ਨਾ, ਦੇਖ ਰਹੀ ਹੈ, ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ, ਸਾਡੀ ਤਾਂ ਜੀ ਇੰਨੀ ਮਿਹਰਬਾਨੀ ਆ, ਬਿਲਕੁਲੀਆਂ ਨੇ ਸਾਰੀ ਦੀਆਂ, ਰੋ ਰੋ ਕੇ ਬੁਰਾ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ, ਦੱਸਦੇ ਨੇ ਕਿ ਕੌਣ
ਕੌਣ ਵੇਚ ਗਿਆ? ਕਬੱਡੀ ਦੇ ਖਿਡਾਰੀ ਦੋਨੇ ਦੱਸਦੇ ਨੇ ਸਾਰੇ, ਇਹਨਾਂ ਦੇ ਬੱਚੇ ਵੀ ਕਰਦੇ ਨੇ, ਇਹ ਵੀ ਦੱਸਦੇ ਨੇ ਕੌਣ ਬੱਚੇ ਵੀ ਕਰਦਾ ਜੀ? ਦੋ ਬੱਚੇ ਸੀ ਖਿਡਾਰੀ ਸੀਗੇ ਕਬੱਡੀ ਦੇ, ਤੇ ਉਹਨਾਂ ਦੋਨਾਂ ਦੀ ਇਹ ਹੋ ਗਿਆ ਜਾਣ ਚੱਕ ਕੀ ਮੌਤ ਹੋ ਗਈ। ਟੀਕੇ ਵੀ ਲਾਉਂਦੇ ਆ, ਗੋਲੀਆਂ ਖਾਂਦੇ ਆ, ਤੇ ਉਹ ਸਾਡੇ ਗਵਾਂਢ ਚ ਵੇਚਦਾ ਜੀ। ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ, ਘੰਟਾ ਇੱਕ ਘੰਟਾ ਨੀ ਰੱਖਦੇ ਜੀ, ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ। ਹਾਂਜੀ, ਸਾਡੀ ਇੰਨੀ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚਲੇ ਜਾਣ। ਪਿੰਡ ਚ ਪੰਜਾਬ ਦੇ ਕੋਨੇ ਕੋਨੇ ਚ ਆ ਮਾਵਾਂ ਰੋਂਦੀਆਂ ਨੇ। ਜਿਹੜਾ ਬਦਲਾਵ ਲੈਣ ਦੀ ਗੱਲ ਕਰਦੇ ਸੀਗੇ, ਹੱਥ ਬੰਨ ਕੇ ਬੇਨਤੀ ਹੈ ਇਹਨਾਂ ਦੇ ਆਗੂਆਂ ਦੇ ਉੱਤੇ, ਤਰਸ ਕਰੋ, ਬਦਲ ਦਿਓ ਪੰਜਾਬ ਦੇ ਹਾਲਾਤ। ਦਸ ਦਿਨਾਂ ਚ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ, ਗੁੰਡਾ ਸਾਹਿਬ ਦੀ ਸੌ ਖਾਧੀਆਂ ਸੀਗੀਆਂ। ਸੁਣ ਲੋ, ਇਹਨਾਂ ਦੇ ਆਸੂਆਂ ਚ ਤਰਸ ਕਰ ਲੋ, ਇਹ ਪੰਜਾਬ ਦੇ ਪਿੰਡ ਪਿੰਡ ਚ ਮਾਵਾਂ ਦੀ ਕਹਾਣੀਆਂ ਨੇ।